काम कर रहे हो? डेयरी फार्म भाई जी असी पिछले 10 साल तो कर रहे हैं, तो उस टाइम तो ही असी HF दे नाल नाल आयरशायर ब्रीड से काम कर रहे हैं। सो अज असी हुण सारा फार्म शिफ्ट करके HF तो आयरशायर से मूव कर दिता है। ओके, ये थोड़े दिमाग दे विच किस तरह विचार आया जी कि आयरशायर दे उत्ते काम किया जाए? भाई जी सीमन फ्रांस तो इंपोर्ट होए सीगे तो अलग अलग कंपनियां दे, जो असी यह भी वरत के देखे तो सानू इन्हां दे बच्चे जिहड़े काफ्स वगैरह ने बहुत वधिया लगे, तो असी उदों तो ही जिवें साडी पहलां तो थिंकिंग सी भी असी अलग जी ब्रीड रखीए, तो असी उदों ही रखनी शुरू कर ली। फिर हौली हौली असी इस 'च वधदे गए, इस बारे नैट तो नॉलेज लै के तो फिर सारे जिथे जिथे सीमन इन्हां दे मिलदे सी असी उन्हां नाल गल्लबात करके सारे सीमन अपने कोल अवेलेबल कराए, तो फिर फार्म उत्ते एआई करनी शुरू करते, उस तो बाद असी अपनियां इह गावां तैयार कीतियां ने। ओके, तो हुण जे आपां मेन तौर दे देखिए भी जिन्ने भी पंजाब दे विच डेयरी फार्म ने उन्हां सारयां दे उत्ते ज़्यादा HF काउ रखी जाती हैगी, क्योंकि मिल्क की प्रोडक्शन भी ठीक है तो बाकी भी गल्लां तो ठीक है, उहदे नालों इहदे विच की डिफरेंस आ? ਇਹ ਬਈ ਜੀ ਬਿਲਕੁਲ ਡਿਫਰੈਂਟ ਇੱਕ ਨਸਲ ਹੈਗੀ ਹੈ ਜਿਹੜੀ ਆਪਾਂ ਇਹ ਤਿਆਰ ਕੀਤੀ ਹੈ ਇੰਡੀਆ 'ਚ ਪਹਿਲੀ ਵਾਰ, ਅਤੇ ਇਹਦਾ ਮੇਨ ਕਾਰਨ ਇਹ ਸੀ ਵੀ HF ਦੇ ਵਿੱਚ ਦਿੱਕਤ ਬਹੁਤ ਜ਼ਿਆਦਾ ਆਉਂਦੀ ਸੀ ਗਰਮੀ ਦੇ ਵਿੱਚ, ਵੀ ਪਸ਼ੂ ਵੈਦਰ ਦੇ ਹਿਸਾਬ ਨਾਲ ਇੱਧਰ ਵਿਕਸਿਤ ਨਹੀਂ ਸੀ ਅਤੇ ਬਿਮਾਰ ਬਹੁਤ ਜ਼ਿਆਦਾ ਹੁੰਦੇ ਸੀਗੇ, ਹੋਰ ਮਸਟਾਈਟਸ ਦੀ ਦਿੱਕਤ ਜਾਂ ਕੋਈ ਹੋਰ ਬਿਮਾਰੀਆਂ ਜਿਨ੍ਹਾਂ ਦਾ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਸੀ। ਅਤੇ ਮਿਲਕ ਰੇਟ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਲੋ ਚੱਲ ਰਹੇ ਨੇ ਪਿਛਲੇ ਕਈ ਸਾਲਾਂ ਤੋਂ, ਉਸ ਕਰਕੇ ਫਿਰ ਅਸੀਂ ਕਿਹਾ ਵੀ ਕੋਈ ਨਵੀਂ ਨਸਲ ਤਿਆਰ ਕੀਤੀ ਜਾਵੇ ਜਿਹਦਾ ਆਪਣਾ ਖਰਚਾ ਘਟਾਇਆ ਜਾਵੇ ਤਾਂ ਮਿਲਕ ਪ੍ਰੋਡਕਸ਼ਨ ਦੇ ਹਿਸਾਬ ਨਾਲ ਸਹੀ ਆਮਦਨ ਦਾ ਮੁੱਲ ਮੁੜ ਸਕੇ। ਅਤੇ ਭਾਈ ਨਵਦੀਪ ਜੀ, ਹੁਣ ਇਸ ਟਾਈਮ ਤੁਹਾਡੇ ਕੋਲ ਆਇਰਸ਼ਾਇਰ ਦੀਆਂ ਕਿੰਨੀਆਂ ਗਾਵਾਂ ਨੇਗੀਆਂ ਜਿਹੜੀਆਂ ਤੁਸੀਂ ਤਿਆਰ ਕਰੀ ਬੈਠੇ ਹੋ? ਆਇਰਸ਼ਾਇਰ ਦੀਆਂ ਇਸ ਟਾਈਮ ਵੀਰ ਜੀ ਸਾਡੇ ਫਾਰਮ ਉੱਤੇ 10-11 ਪਸ਼ੂ ਪਿਓਰ ਬਿਲਕੁਲ ਅਸੀਂ ਤਿਆਰ ਕਰ ਲਏ ਨੇ। ਅੱਗੇ ਸਾਡੇ ਕੋਲ ਇਹਦਾ ਬੁੱਲ ਵੀ ਹੈ ਅਤੇ ਆਇਰਸ਼ਾਇਰ ਦਾ ਅੱਗੋਂ ਸੀਮਨ ਵੀ ਹੈ, ਅਤੇ ਅਸੀਂ ਹੌਲੀ ਹੌਲੀ ਬਸ ਅੱਗੇ ਅੱਗੇ ਜਿਵੇਂ ਜਿਵੇਂ ਹੋਈ ਜਾ ਰਿਹਾ ਤਿਆਰ ਕਰੀ ਜਾ ਰਹੀਆਂ ਗਾਵਾਂ ਫਾਰਮ ਦੇ ਉੱਪਰ ਹੀ। ਠੀਕ ਹੈ, ਹੁਣ ਮੈਂ ਇੱਕ ਦੇਖਿਆ ਤੁਹਾਡੇ ਫਾਰਮ ਦੇ ਉੱਤੇ 2 ਗਾਵਾਂ ਨੇਗੀਆਂ ਜਿਹੜੀਆਂ ਨਵੀਆਂ ਸੂਈਆਂ ਨੇਗੀਆਂ, ਉਹਨਾਂ ਦੇ ਵੀ ਬੱਚੜੇ ਖੜੇ ਨੇਗੇ, ਉਹਨਾਂ ਬਾਰੇ ਸਾਨੂੰ ਥੋੜ੍ਹਾ ਦੱਸੋਗੇ? ਹਾਂਜੀ ਹਾਂ, ਉਹਨਾਂ ਵਿੱਚੋਂ ਇੱਕ HF ਸੀਗੀ ਸਾਡੀ ਸੂਈ ਹੋਈ, ਇੱਕ HF ਅਤੇ ਆਇਰਸ਼ਾਇਰ ਦੇ ਸੀਮਨ ਕਰੋਸ ਕੀਤਾ ਸੀਗਾ ਉਹਦਾ ਉਹ ਸੀਗੀ। ਠੀਕ ਹੈ ਜੀ, ਹਾਂਜੀ। ਅੱਛਾ, ਅਤੇ ਭਾਈ ਹੁਣ ਜਿਵੇਂ ਤੁਹਾਡਾ ਬੁੱਲ ਵੇਖਿਆ, ਤੁਸੀਂ ਡਾਇਰੈਕਟ ਮੀਟਿੰਗ ਕਰਵਾ ਰਹੇ ਹੋ ਜਾਂ ਸੀਮਨ ਵਗੈਰਾ ਤਿਆਰ ਕਰਵਾ ਕੇ ਦੇ ਰਹੇ ਹੋ? ਨਹੀਂ ਜੀ, ਅਸੀਂ ਸੀਮਨ ਤਿਆਰ ਕਰਵਾਇਆ ਹੋਇਆ, ਤਾਂ ਫਾਰਮ ਉੱਪਰ ਵੀ ਉਸਦੀ AI ਕਰਦੇ ਹਾਂ, ਤਾਂ ਹੋਰ ਜਿਹੜੇ ਸਾਡੇ ਕੋਲੋਂ ਕਿਸਾਨ ਭਰਾ ਲੈ ਕੇ ਜਾਂਦੇ ਨੇ ਉਹਨਾਂ ਨੂੰ ਵੀ ਅਸੀਂ ਸੀਮਨ ਹੀ ਦਿੰਦੇ ਹਾਂ। ਓਕੇ, ਜੇਕਰ ਕੋਈ ਕਿਸਾਨ ਭਰਾ ਤੁਹਾਡੇ ਤੋਂ ਸੀਮਨ ਖਰੀਦਣਾ ਚਾਹੁੰਦਾ ਗਾ ਤਾਂ ਉਹਦਾ ਕੀ ਪ੍ਰੋਸੀਜਰ ਹੈ? ਕਿਸੇ ਵੀ ਕਿਸਾਨ ਭਰਾ ਨੇ ਸਾਡੇ ਤੋਂ ਸੀਮਨ ਲੈਣਾ ਹੋਵੇ ਤਾਂ ਸਾਡੇ ਨੰਬਰ 'ਤੇ ਸੰਪਰਕ ਕਰ ਸਕਦੇ ਨੇ, ਤਾਂ ਸੀਮਨ ਸਾਡੇ ਕੋਲ ਫਾਰਮ 'ਤੇ ਹਰ ਟਾਈਮ ਅਵੇਲੇਬਲ ਹੁੰਦਾ, ਤਾਂ ਫਿਕਸ ਰੇਟ ਹੈ ਉਹਦਾ ਸੀਮਨ ਦਾ 200 ਰੁਪਏ ਦਾ, ਅਤੇ ਵਿਦ ਬਿੱਲ ਅਸੀਂ ਕੱਟ ਕੇ ਦੇਵਾਂਗੇ ਜਿਹਦੇ ਵਿੱਚ ਡੁਪਲੀਕੇਸੀ ਦਾ ਕੋਈ ਚੱਕਰ ਨਹੀਂ ਹੈਗਾ। ਅਤੇ ਆਪਾਂ ਆਮ ਤੌਰ 'ਤੇ ਦੇਖਦੇ ਹਾਂ ਵੀ ਮਾਰਕੀਟ ਦੇ ਵਿੱਚ ਕਈ ਕੰਪਨੀਆਂ ਦਾ ਸੀਮਨ ਆ ਰਿਹਾ ਹੈਗਾ, ਉਹ ਆਪਾਂ ਕਹਿ ਲਈਏ ਵੀ 200 ਤੋਂ ਲੈ ਕੇ 13-14 ਸੌ ਤੱਕ ਦੇ ਰੇਟ ਦੇ ਜਿਹੜੇ ਸੀਮਨ ਆ ਰਹੇ ਨੇਗੇ, ਉਹਨਾਂ ਦਾ ਕੀ ਸਿਸਟਮ ਹੁੰਦਾ ਗਾ? ਤੁਸੀਂ ਇਸ ਲਾਈਨ ਦੇ ਵਿੱਚ ਪਏ ਹੋ, ਤੁਹਾਨੂੰ ਜ਼ਿਆਦਾ ਬਤਾਊ? ਬਾਈ ਜੀ, ਅੱਡੋ ਅੱਡ ਮਿਲਕ ਯੀਲਡ ਦੇ ਹਿਸਾਬ ਨਾਲ ਸੀਮਨ ਹੁੰਦੇ ਨੇ, ਕੰਪਨੀਆਂ ਦੇ ਅੱਡੋ ਅੱਡ ਰੇਟ ਹੁੰਦੇ ਨੇ, ਜਿੱਦਾਂ ਜਿੱਦਾਂ ਕਿਸੇ ਕੰਪਨੀ ਦਾ ਸ਼ੋਅਰੂਮ ਹੈ ਉਹਦੇ ਹਿਸਾਬ ਦੇ ਉਹਦੇ ਰੇਟ ਫਿਕਸ ਹੋਣਗੇ। ਜਿਵੇਂ ਹੁਣ ਆਇਰਸ਼ਾਇਰ ਦੇ ਸੀਮਨ ਦੀ ਗੱਲ ਕਰੀਏ ਤਾਂ ਜੇ ਮਾਰਕੀਟ ਦੇ ਵਿੱਚੋਂ ਅਸੀਂ ਇਹ ਸੀਮਨ ਬਾਏ ਕਰਨਾ ਹੋਵੇ ਤਾਂ ਘੱਟੋ ਘੱਟ ਵੀ 13-14 ਸੌ ਰੁਪਏ ਦੇ ਰੇਂਜ ਦੇ ਵਿੱਚ ਵਿੱਚ ਮਿਲਦਾ ਹੈਗਾ। ਓਕੇ, ਉਸ ਦੇ ਬਾਵਜੂਦ ਵੀ ਅਸੀਂ ਆਪਣੇ ਬੁੱਲ ਦਾ ਸੀਮਨ ਤਿਆਰ ਕੀਤਾ ਤਾਂ 90% ਡਿਸਕਾਊਂਟ 'ਤੇ ਸਾਡਾ ਇਹ ਹੀ ਸਾਡੀ ਯੋਜਨਾ ਸੀ ਵੀ ਕਿਸਾਨਾਂ ਤੱਕ ਇਹ ਪਹੁੰਚੇ, ਹਰੇਕ ਕਿਸਾਨ ਦੇ ਘਰ ਹਰੇਕ ਫਾਰਮਰ ਕੋਲ ਆਇਰਸ਼ਾਇਰ ਬਰੀਡ ਹੋਵੇ। ਸਾਡਾ ਤਾਂ ਬਸ ਮੇਨ ਮੋਟਿਵ ਇਹ ਸੀ ਵੀ ਜਿਹੜੀ ਅਸੀਂ ਨਸਲ ਤਿਆਰ ਕੀਤੀ ਹੋਈ ਹੈ ਪੂਰੇ ਭਾਰਤ ਵਿੱਚ ਜਾਵੇ, ਹਰੇਕ ਫਾਰਮਰ ਕੋਲ ਹੋਵੇ ਅਤੇ ਉਹਦਾ ਲਾਭ ਲੈ ਸਕੇ, ਤਾਂ ਕਰਕੇ ਅਸੀਂ ਇਹਦਾ ਬਿਲਕੁਲ ਨੋਰਮਲ ਰੇਟ ਰੱਖਿਆ ਹੋਇਆ ਜੀ 200 ਰੁਪਏ ਦਾ। ਠੀਕ ਹੈ ਜੀ, ਬਾਕੀ ਜੇ ਵੀਰ ਜੀ ਆਪਾਂ ਹੁਣ ਗੱਲ ਕਰੀਏ ਵੀ ਸੀਮਨ ਦੀ ਕੁਆਲਿਟੀ ਦੀ, ਤਾਂ ਉਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਸਾਨੂੰ ਡਿਸਕ੍ਰਾਈਬ ਕਰ ਸਕਦੇ ਹੋ? ਹਾਂਜੀ, ਸੀਮਨ ਬਾਈ ਜੀ ਅਸੀਂ ਆਪਣਾ ਜਿਹੜਾ ਸਾਡੇ ਖਾਗੜ ਦਾ ਤਿਆਰ ਕਰਵਾਇਆ ਹੋਇਆ, ਇਹ ਅਸੀਂ ਕਰਨਾਲ ਦੇ ਪ੍ਰਾਈਵੇਟ ਸੀਮਨ ਬੈਂਕ ਤੋਂ ਤਿਆਰ ਕਰਵਾਇਆ ਹੋਇਆ, ਸਾਰੇ ਬੁੱਲ ਦੇ ਪਹਿਲਾਂ ਟੈਸਟ ਕਰਾਏ ਹੋਏ ਨੇ, ਉਸ ਤੋਂ ਬਾਅਦ ਅਸੀਂ ਇਹ ਸੀਮਨ ਤਿਆਰ ਕਰਵਾਇਆ ਹੋਇਆ, ਤਾਂ ਜਿੰਨੀ ਕੁ ਸਾਡੀ ਲੋੜ ਰਹਿੰਦੀ ਹੈ ਮਹੀਨੇ ਦੀ, ਸਾਡੀ ਜਿੰਨੀ ਕੁ ਡੋਜ ਸੇਲ ਹੁੰਦੀ ਹੈ ਉਹਦੇ ਹਿਸਾਬ ਨਾਲ ਹੀ ਅਸੀਂ ਡੋਜ ਇਹ ਤਿਆਰ ਕਰਵਾ ਕੇ ਲਿਆਉਂਦੇ ਹਾਂ, ਅਤੇ ਬਿਲਕੁਲ ਫਰੈਸ਼ ਸੀਮਨ ਤਿਆਰ ਹੋ ਕੇ ਆਉਂਦਾ, ਅਤੇ ਨਾਈਟ੍ਰੋਜਨ ਵਿੱਚ ਅਸੀਂ ਕੰਟੇਨਰ 'ਚ ਰੱਖਦੇ ਹਾਂ। ਉਸ ਤੋਂ ਬਾਵਜੂਦ ਬਾਈ ਜੀ ਇਹਦੇ ਬਹੁਤ ਅੱਛੇ ਰਿਜ਼ਲਟ ਆ ਰਹੇ ਨੇ ਸੀਮਨ 'ਤੇ, HF ਕਰੋਸ 'ਚ ਵੀ ਬੈਸਟ ਰਿਜ਼ਲਟ ਆ ਰਹੇ ਨੇ, ਠੀਕ ਹੈ, ਅਤੇ ਆਇਰਸ਼ਾਇਰ ਤੋਂ ਆਇਰਸ਼ਾਇਰ ਪਿਓਰ 'ਚ ਤਾਂ ਬਹੁਤ ਹੀ ਵਧੀਆ ਰਿਜ਼ਲਟ ਆ ਰਹੇ ਨੇ, ਅਤੇ HF ਦੀਆਂ ਰਿਪੀਟਰ ਕਾਊਸ ਦੇ ਉੱਪਰ ਬਹੁਤ ਅੱਛੇ ਰਿਜ਼ਲਟ ਸਾਡੇ ਏਰੀਏ ਦੇ ਵਿੱਚ ਅਸੀਂ ਸੀਮਨ ਲਵਾਏ ਸੀ ਦੇਖਣ ਨੂੰ ਮਿਲੇ ਨੇ। ਜੇ ਆਪਾਂ ਗੱਲ ਕਰੀਏ 10 ਰਿਪੀਟਰ ਗਾਵਾਂ ਦੀ, ਤਾਂ ਘੱਟੋ ਘੱਟ 8 AI ਕਰਨ ਤੋਂ ਬਾਅਦ 8 ਦੀਆਂ 8 ਗਾਵਾਂ ਪੋਜ਼ਿਟਿਵ ਚੈੱਕ ਪ੍ਰੈਗਨੈਂਟ ਕੀਤੀਆਂ ਗਈਆਂ ਨੇ। ਓਕੇ ਜੀ।
ਤੇ ਬਾਈ ਨਵਦੀਪ ਜੀ ਜੇ ਆਪਾਂ ਹੁਣ ਮੇਨ ਗੱਲ ਕਰੀਏ ਕਿਉਂਕਿ ਆਪਾਂ ਫਾਰਮ ਜਿਹੜਾ ਚਲਾਉਣਾ ਗਾ ਉਹ ਦੁੱਧ ਦੇ ਪ੍ਰੋਡਕਸ਼ਨ ਦੇ ਸਿਰ ਦੇ ਉੱਤੇ ਚੱਲਣਾ ਗਾ ਹਾਂਜੀ ਤਾਂ ਇਹਨਾਂ ਗਾਵਾਂ ਦੀ ਜਿਹੜੀ ਇੱਕ ਆਪਾਂ ਕਹਿ ਲਈਏ ਸੀਜ਼ਨ ਦੀ ਜਾਂ ਇੱਕ ਸੂਏ ਦੀ ਆਪਾਂ ਪੰਜਾਬੀ ਦੇ ਵਿੱਚ ਗੱਲ ਕਰਦੇ ਹਾਂ ਵੀ ਉਹਦੀ ਮਿਲਕ ਦੀ ਪ੍ਰੋਡਕਸ਼ਨ ਕਿੰਨੀ ਕੁ ਹੁੰਦੀ ਹੈ ਐਵਰੇਜ ਜਿਹੜਾ ਜੀ ਸਾਡੇ ਕੋਲ ਆਪਣਾ ਸੀਮਨ ਦੀਆਂ ਵੱਛੀਆਂ ਸਾਡੇ ਵਾਲੇ ਬੁੱਲ ਦੀਆਂ ਆਈਆਂ ਹੈਗੀਆਂ ਨੇ ਉਹ ਬੁੱਲ ਦਾ ਜਿਹੜਾ ਸਾਇਰ ਦਾ ਰਿਕਾਰਡ ਹੈਗਾ ਜੀ ਉਹ 11,000 ਲੀਟਰ ਦਾ ਹੈ ਠੀਕ ਪਰ ਸੂਏ ਦਾ ਜਿਹੜੀਆਂ ਸਾਡੇ ਕੋਲ ਗਾਵਾਂ ਅਸੀਂ ਤਿਆਰ ਕੀਤੀਆਂ ਹੋਈਆਂ ਨੇ ਉਹਨਾਂ ਦਾ ਰਿਕਾਰਡ ਹੈਗਾ ਜੀ 8,000 ਤੋਂ ਲੈ ਕੇ 9,000 ਲੀਟਰ ਦਾ ਤਾਂ ਇਹਨਾਂ ਦੀ ਜੇ ਆਪਾਂ ਡੇਲੀ ਦੀ ਐਵਰੇਜ ਲਾ ਕੇ ਚੱਲੀਏ ਤਾਂ ਪਹਿਲੇ ਸੂਏ 25 ਲੀਟਰ ਤੋਂ ਲੈ ਕੇ ਦੂਜੇ ਤੀਜੇ ਸੂਏ ਤੱਕ 35 ਲੀਟਰ ਦੀ ਕਪੈਸਿਟੀ ਇਹ ਰੱਖਦੀਆਂ ਨੇ ਵੀ ਅਪਰੋਕਸ ਸਾਲ ਦੇ ਵਿੱਚ 7 ਤੋਂ ਲੈ ਕੇ 8,000 ਲੀਟਰ ਤੱਕ ਇਹ ਦੁੱਧ ਦੇ ਦਿੰਦੀਆਂ ਨੇ ਜਿਨ੍ਹਾਂ ਵਿੱਚ ਇਹਨਾਂ ਦੀ 44 ਤੋਂ ਲੈ ਕੇ 48 ਤੱਕ ਇਹਨਾਂ ਦੀ ਫੈਟ ਹੁੰਦੀ ਹੈ ਅਤੇ 82 ਤੋਂ ਲੈ ਕੇ 85 ਤੱਕ SNF ਹੁੰਦੀ ਹੈ ਓਕੇ ਅਤੇ ਆਪਾਂ ਕਹਿ ਸਕਦੇ ਹਾਂ ਵੀ ਦੁੱਧ ਦੀ ਕੁਆਲਿਟੀ ਵੀ ਜਿਹੜੀ ਇੰਪਰੂਵਡ ਹੁੰਦੀ ਆ ਉਹਦੇ ਨਾਲ ਹਾਂਜੀ ਹਾਂ ਦੁੱਧ ਦੀ ਕੁਆਲਿਟੀ ਵੀ HF ਨਾਲੋਂ ਇੰਪਰੂਵ ਹੈ ਅਤੇ ਪ੍ਰੋਟੀਨ ਵੀ ਵੱਧ ਹੈ ਠੀਕ ਹੈ ਅਤੇ ਦੂਸਰੀ ਗੱਲ ਆਪਾਂ ਆ ਗਈ ਮੇਨ ਇਹਨਾਂ ਦੇ ਖਾਣ ਪੀਣ ਦੀ ਉਹਦੇ ਬਾਰੇ ਕੋਈ ਡਿਫਰੈਂਸ ਆ ਸਿੰਪਲ ਉਹ ਬਸ ਜੀ ਜਿਹੜੀ ਖਾਣ ਪੀਣ ਦੀ ਡਾਇਟ ਇਹਨਾਂ ਦੀ ਬਿਲਕੁਲ ਨੋਰਮਲ ਹੈ ਬਸ ਇਹਨਾਂ ਦਾ ਮੈਡੀਸਨ ਖਰਚਾ ਘੱਟ ਹੈ ਵੀ ਇਹਨਾਂ ਇਹ ਬਿਮਾਰ ਨਹੀਂ ਹੁੰਦੀਆਂ HF ਦੇ ਬਰਾਬਰ ਅਤੇ ਇਹ ਯਾਨੀ ਕਿ ਇਸ ਚੀਜ਼ ਦੇ ਵਿੱਚ ਇਹਨਾਂ ਦਾ HF ਨਾਲੋਂ ਜ਼ਿਆਦਾ ਫਰਕ ਹੈ ਇਮਿਊਨਿਟੀ ਇਹਨਾਂ ਦੀ ਅੱਛੀ ਹੈ ਇਹ ਆਪਣਾ ਵਾਤਾਵਰਣ ਦੇ ਹਿਸਾਬ ਨਾਲ ਇੱਧਰ ਸਹਾਰ ਜਾਂਦੀਆਂ ਨੇ ਤਾਂ ਇਹਨਾਂ ਦਾ ਜਿਹੜਾ ਦੁੱਧ ਹੁੰਦਾ ਉਹ ਵੀ ਆਪਣਾ A2 ਵਿੱਚ ਹੀ ਆਉਂਦਾ ਇੱਕ ਗੱਲ ਮੈਂ ਹੋਰ ਵੇਖੀ ਤੁਹਾਡੇ ਫਾਰਮ ਦਾ ਜਿਹੜਾ ਮੇਨ ਸੈੱਡ ਬਣਿਆ ਹੋਇਆ ਸੈੱਡ ਦੇ ਵਿੱਚ ਤੁਸੀਂ ਪੱਖੇ ਵਗੈਰਾ ਨਹੀਂ ਲਗਾਏ ਹੋਏ ਗਰਮੀਆਂ ਦੇ ਵਿੱਚ ਵੀ ਨਹੀਂ ਲਗਾਉਂਦੇ ਤੁਸੀਂ ਇਹਨਾਂ ਨੂੰ ਹਾਂਜੀ ਇਹ ਜਿਹੜੀਆਂ ਗਾਵਾਂ ਨੇ ਆਇਰ ਸ਼ਹਿਰ ਦੀਆਂ ਇਹ 50°C ਤੱਕ ਤਾਪਮਾਨ ਇਹ ਸਹਾਰ ਸਕਦੀਆਂ ਨੇ ਓਕੇ ਉਹਦੇ ਵੈਦਰ ਦੇ ਹਿਸਾਬ ਨਾਲ ਹੀ ਅਸੀਂ ਸਿਰਫ ਇਹਨਾਂ ਨੂੰ ਬਾਥ ਸਿਸਟਮ ਪੂਲ ਕੀਤਾ ਹੋਇਆ ਉਸ ਤੋਂ ਬਾਅਦ ਅਸੀਂ ਇਹਨਾਂ ਵਿੱਚ ਫੈਨ ਦਾ ਕੋਈ ਐਡਜਸਟੇਬਲ ਨਹੀਂ ਕੀਤਾ ਨੈਚੁਰਲ ਵੈਦਰ ਦੇ ਵਿੱਚ ਜਿਹੜੀ ਕੋਈ ਹਵਾ ਚੱਲਦੀ ਹੈ ਉਹਦੇ ਵਿੱਚ ਹੀ ਆਪਣੇ ਆਪ ਨੂੰ ਮੇਨਟੇਨ ਕਰਦੀਆਂ ਨੇ ਅੱਛਾ ਅਤੇ ਜੇ ਆਪਾਂ ਆਇਰ ਸ਼ਹਿਰ ਦੇ ਬੋਡੀ ਕਰੈਕਟਰਸ ਦੀ ਗੱਲ ਕਰੀਏ ਤਾਂ ਉਹਨਾਂ ਦੂਸਰੀਆਂ HF ਦੇ ਨਾਲੋਂ ਇਹਨਾਂ ਦਾ ਕੀ ਡਿਫਰੈਂਸ ਹੁੰਦਾ ਗਾ ਆਪਾਂ ਜੇ ਆਪਾਂ ਪਿਓਰ ਦੀ ਆਪਾਂ ਜਿਹੜੀ ਆਪਾਂ ਗੱਲ ਕਰੀਏ ਬਾਈ ਜੀ ਪਿਓਰਟੀ ਦੀ ਪਿਓਰਟੀ ਫਿਲਹਾਲ ਤੁਹਾਨੂੰ ਅੱਜ ਦੇ ਟਾਈਮ ਦੇ ਵਿੱਚ ਤਾਂ ਸਾਡੇ ਫਾਰਮ 'ਤੇ ਹੀ ਮਿਲੇਗੀ ਠੀਕ ਹੈ ਜੋ ਬਾਹਰ ਕਿਸੇ ਸਪਲਾਇਰ ਕੋਲ ਜਾਂ ਹੋਰ ਜਗ੍ਹਾ 'ਤੇ ਜਿਹੜੀਆਂ ਵੀ ਆਇਰ ਸ਼ਹਿਰ ਆ ਰਹੀਆਂ ਨੇ ਉਹ ਦੋਗਲੀਆਂ ਗਾਵਾਂ ਨੇ ਉਹ ਉਹਨਾਂ ਨੂੰ ਕਹਿ ਕੇ ਆਇਰ ਸ਼ਹਿਰ ਲੋਕਾਂ ਨੂੰ ਗੁੰਮਰਾਹ ਕਰਕੇ ਵੇਚ ਰਹੇ ਨੇ ਅਤੇ ਇਹਦੇ ਕਰੈਕਟਰਿਸਟਿਕਸ ਸਾਨੂੰ ਦੱਸ ਦਿਓਗੇ ਵੀ ਇਹਦੇ ਕਰੈਕਟਰ ਬਾਈ ਜੀ ਹੁਣ ਜਿੱਦਾਂ ਤੁਸੀਂ ਉਹ ਦੇਖੋ ਉਹ ਗਾਵਾਂ ਪਿੱਛੇ ਆਪਣੇ ਦੇਖ ਰਹੇ ਨੇ ਇਹਨਾਂ ਦਾ ਪਹਿਲਾਂ ਤਾਂ ਅਲੱਗ ਕਲਰ ਵੀਰ ਜੀ ਠੀਕ ਹੈ ਬਰਾਊਨ ਐਂਡ ਵਾਈਟ ਉਸ ਤੋਂ ਬਾਅਦ ਇਹਨਾਂ ਦਾ ਅਲੱਗ ਬੋਡੀ ਸਟਰਕਚਰ ਬਾਕੀ ਤੁਸੀਂ ਵੀਡੀਓ ਦੇ ਵਿੱਚ ਦਿਖਾਏ ਨੇ ਇਹਨਾਂ ਦੇ ਅੱਡਰ ਮਿਲਕ ਵੇਨਸ ਜਾਂ ਇਹਨਾਂ ਦੀ ਬੋਡੀ ਜਾਂ ਇਹਨਾਂ ਦੇ ਸਰੀਰ ਦੀ ਇਹਨਾਂ ਦਾ ਹਾਈਟ ਘੱਟ ਵੀਰ ਜੀ ਤਾਂ ਗਰੋਥ ਜ਼ਿਆਦਾ ਹੋਊਗੀ ਸਰੀਰ ਦੀ ਠੀਕ ਹੈ ਨੋਰਮਲ ਇਹ ਗਾਵਾਂ 4.5 ਤੋਂ ਲੈ ਕੇ 5.5 ਕੁਇੰਟਲ ਦੇ ਵਿੱਚ ਹੁੰਦੀਆਂ ਨੇ ਤਾਂ ਇਹਨਾਂ ਦੇ ਬੋਡੀ ਸਾਰੀ ਵੀ ਰੈੱਡ ਐਂਡ ਵਾਈਟ ਐਂਡ ਇਹਨਾਂ ਦਾ ਨੋਜ਼ ਵੀ ਰੈੱਡ ਅਤੇ ਆਈਬ੍ਰੋ ਐਂਡ ਆਈਜ਼ ਵੀ ਇਹਨਾਂ ਦੀਆਂ ਰੈੱਡ ਹੋਣਗੀਆਂ ਜੀ ਠੀਕ ਹੈ ਹਾਂਜੀ ਅਤੇ ਇੱਕ ਜਿੱਦਾਂ ਆਪਾਂ ਕਹਿੰਦੇ ਹੁੰਦੇ ਹਾਂ ਵੀ ਜਰਸੀ ਜਿਹੜੀ ਕਾਓ ਹੁੰਦੀ ਹੈ ਜੀ ਉਹਦੇ ਨਾਲ ਮਿਕਸਅਪ ਹੁੰਦੀ ਹੈ ਥੋੜ੍ਹੀ ਇਹ ਬਸ ਜੀ ਜਰਸੀ ਨਾਲ ਵੈਸੇ ਤਾਂ ਦੇਖਣ 'ਚ ਮਿਕਸਅਪ ਤਾਂ ਨਹੀਂ ਹੁੰਦੀ ਬਸ ਵੈਦਰ ਦੇ ਹਿਸਾਬ ਨਾਲ ਜਿਵੇਂ ਜਰਸੀ ਸੂਟੇਬਲ ਹੈ ਉਹਦੇ ਹਿਸਾਬ ਨਾਲ ਇਹ ਵੀ ਸੂਟੇਬਲ ਹੈ ਜਰਸੀ ਮਿਲਕ ਪ੍ਰੋਡਕਸ਼ਨ ਘੱਟ ਦਿੰਦੀ ਹੈ ਇਹ ਫਿਰ HF ਦੇ ਬਰਾਬਰ ਹੀ ਦੇ ਰਹੀ ਹੈ ਹਾਂਜੀ ਅੱਛਾ ਤੇ ਨਵਦੀਪ ਵੀਰ ਜੀ ਆਪਣੇ ਹੁਣ ਜਿਹੜਾ ਫਾਰਮ ਮੈਂ ਤੁਹਾਡਾ ਵੇਖਿਆ ਇਹਦੇ ਵਿੱਚ ਤੁਹਾਡਾ ਮੇਨ ਇਨਕਮ ਦਾ ਸੋਰਸ ਤੁਹਾਡਾ ਇਹ ਆਪਣਾ ਸੀਮਨ ਦੀ ਸੇਲ ਆ ਗਈ ਜਾਂ ਕੋਈ ਹੋਰ ਵੀ ਜ਼ਰੀਆ ਆਪਣਾ ਬਾਈ ਜੀ ਮੇਨ ਇਨਕਮ ਦੀ ਗੱਲ ਕਰੀਏ ਤਾਂ ਵੈਸੇ ਤਾਂ ਸਾਡਾ ਇਹ ਸ਼ੌਂਕੀਆ ਕੰਮ ਹੈ ਅਸੀਂ ਨਵੀਂ ਬਰੀਡ ਤਿਆਰ ਕੀਤੀ ਹੋਈ ਹੈ ਉਸ ਦੇ ਬਾਵਜੂਦ ਅਸੀਂ ਮਿਲਕ ਸਾਡਾ ਸੇਲ ਹੁੰਦਾ ਤਾਂ ਆਇਰ ਸ਼ਹਿਰ ਗਾਵਾਂ ਦਾ ਸ਼ੁੱਧ ਦੇਸੀ ਘਿਓ ਜਿਹੜਾ ਸਾਡੇ ਕੋਲ ਮਿਲਦਾ ਉਹ ਸੇਲ ਹੁੰਦਾ ਅਤੇ ਇੱਕ ਨਵਦੀਪ ਵੀਰ ਜੀ ਹੁਣ ਜਿਵੇਂ ਤੁਹਾਡੇ ਕੋਲ ਛੋਟੀਆਂ ਵੱਛੀਆਂ ਨੇ ਜਾਂ ਕੋਈ ਗਾਂ ਹੁੰਦੀ ਹੈ ਤੁਸੀਂ 3-4 ਸੂਏ ਦੁੱਧ ਲੈ ਲਿਆ ਉਹਦਾ ਉਹਨੂੰ ਅੱਗੇ ਤੁਸੀਂ ਸੇਲ ਜੇ ਕੋਈ ਮੰਨ ਲਓ ਹੁਣ ਤੁਹਾਨੂੰ ਕਮੈਂਟ ਮਿਲਣਗੇ ਵੀ ਕੋਈ ਇਹਨਾਂ ਨੂੰ ਖਰੀਦਣਾ ਚਾਹੁੰਦਾ ਗਾ ਤਾਂ ਤੁਸੀਂ ਵੇਚ ਦੋਗੇ ਭਾਅ ਜੀ ਜਿਹੜੀਆਂ ਗਾਵਾਂ ਮੰਨ ਲਓ ਹੁਣ ਸਾਡੇ ਕੋਲ ਵੇਚਣ ਵਾਲੀ ਹੁੰਦੀ ਹੈ ਉਹਦੀ ਸਾਡੇ ਫੇਸਬੁੱਕ ਪੇਜ 'ਤੇ ਜਾਂ ਸਾਡੇ ਯੂਟਿਊਬ ਪੇਜ ਦੇ ਉੱਤੇ ਅਸੀਂ ਸ਼ੇਅਰ ਕਰ ਦਿੰਦੇ ਹਾਂ ਵੀ ਜਿਹੜੇ ਪਸ਼ੂ ਅਸੀਂ ਸਾਲ ਬਾਅਦ ਜਾਂ 2 ਸਾਲ ਬਾਅਦ ਕੋਈ ਸੇਲ ਵਾਸਤੇ ਹੁੰਦੇ ਨੇ ਉਹ ਅਸੀਂ ਜ਼ਰੂਰ ਸੇਲ ਕਰਦੇ ਹਾਂ ਠੀਕ ਹੈ ਹਾਂਜੀ ਇੱਕ ਬਾਈ ਨਵਦੀਪ ਆਪਣੇ ਜੇ ਆਪਾਂ ਮੇਨ ਬੁੱਲ ਦੀ ਗੱਲ ਕਰੀਏ ਤਾਂ ਇਹਦੇ ਕਿੰਨੀਆਂ ਹੁਣ ਤੁਹਾਡੇ ਕੋਲ ਬੁੱਲ ਦੀਆਂ ਗਾਵਾਂ ਨੇਗੀਆਂ ਜਿਹੜੀਆਂ ਦੇ ਰਹੀਆਂ ਦੁੱਧ ਸਾਡੇ ਕੋਲ ਬਾਈ ਜੀ ਬੁੱਲ ਦੇ 4-5 ਫੀਮੇਲ ਕਾਫ ਆ ਚੁੱਕੇ ਨੇ ਠੀਕ ਹੈ ਜਿਹੜੇ ਅੱਗੇ ਪ੍ਰੈਗਨੈਂਟ ਨੇ ਤਾਂ 2 ਵਹਿੜੀਆਂ ਇਹਦੀਆਂ ਹੁਣ ਸੂਈਆਂ ਹੋਈਆਂ ਨੇ ਪਹਿਲੇ ਸੂਏ ਜਿਹੜੀਆਂ ਇਸ ਟਾਈਮ 25 ਲੀਟਰ ਪਲੱਸ 'ਤੇ ਚੱਲ ਰਹੀਆਂ ਨੇ ਅਤੇ ਹੁਣ ਤੱਕ ਇਹਦਾ ਹਾਈਐਸਟ ਰਿਕਾਰਡ ਕੀ ਰਹੇਗਾ ਮਿਲਕ ਹਾਈਐਸਟ ਜਿਹੜਾ ਰਿਕਾਰਡ ਹੈ ਜੀ ਬੁੱਲ ਦਾ ਸ਼ਾਇਰ ਦਾ ਬੁੱਲ ਦੇ ਦਾ ਉਹ ਹੈਗਾ ਜੀ ਕੋਰਲ ਫਰਾਂਸ ਜਿਹੜਾ ਫਰਾਂਸ ਦਾ ਸਕੋਟਲੈਂਡ ਦੀ ਬਰੀਡ ਦਾ ਸੀਗਾ ਆਇਰ ਸ਼ਹਿਰ ਦਾ ਅਤੇ ਉਹਦਾ ਬਾਈ ਜੀ ਆਪਣਾ 11,000 ਲੀਟਰ ਸੀਗਾ ਪੂਰੇ ਈਅਰ ਦਾ ਹੁਣ ਇਹਦੀ ਵੱਛੀ ਸਾਡੇ ਕੋਲ 2 ਸੂਈਆਂ ਨੇ ਵੀ ਪੀਕ ਯੀਲਡ ਜਾਣੀ ਕਿ 25 ਪਲੱਸ ਹੈ
ਤਾਂ ਜਿਵੇਂ ਜਿਵੇਂ ਹੁਣ ਇਹਨਾਂ ਦੀ ਐਵਰੇਜ ਪੂਰੇ ਸਾਲ ਦੇ ਵਿੱਚ ਮੇਨਟੇਨ ਕਰਾਂਗੇ, ਅਸੀਂ ਇਹਨਾਂ ਦੀਆਂ ਡੋਟਰ ਦਾ ਰਿਕਾਰਡ ਜਿਹੜਾ ਉਹ ਦਰਜ ਕਰਾਂਗੇ। ਅੱਛਾ, ਅਤੇ ਇੱਕ ਬਾਈ ਇਹਦੇ ਜਿਹੜਾ ਤੁਸੀਂ ਸੀਮਨ ਤਿਆਰ ਕਰਵਾ ਰਹੇ ਹੋਗੇ ਉਹ ਤੁਸੀਂ ਕਿਸੇ ਨੂੰ ਹੋਰ ਵੀ ਅੱਗੇ ਸਪਲਾਈ ਦੇ ਰਹੇ ਹੋ? ਸੀਮਨ ਬਾਈ ਜਿਹੜਾ ਸਾਡਾ ਆਲ ਓਵਰ ਇੰਡੀਆ ਪੂਰੇ ਸਪਲਾਈਆਂ ਕੋਲ ਪਹੁੰਚਿਆ ਹੋਇਆ ਜੀ। ਤੁਸੀਂ ਕਿਹੜੇ ਸ਼ਹਿਰ ਦੇ ਵਿੱਚੋਂ ਕਿਤੋਂ ਵੀ ਮਰਜ਼ੀ ਸਾਡੇ ਨਾਲ ਫੋਨ 'ਤੇ ਕੰਟੈਕਟ ਕਰ ਲਿਓ, ਅਸੀਂ ਤੁਹਾਨੂੰ ਹਰੇਕ ਕਿਸਾਨ ਭਰਾ ਨੂੰ ਉਹਨਾਂ ਦੇ ਨੰਬਰ ਦੇ ਦਿਆਂਗੇ। ਠੀਕ ਹੈ, ਫਿਰ ਉੱਥੋਂ ਸਾਡਾ ਸੀਮਨ ਜਿਹੜੇ ਜਿਹੜੇ ਬੰਦਿਆਂ ਕੋਲ ਜਾਂਦਾ ਬਸ ਉਹਨਾਂ ਤੋਂ ਹੀ ਲੈਣਾ, ਬਾਹਰੋਂ ਤਾਂ ਫਿਰ ਡੁਪਲੀਕੇਸੀ ਦੇ ਚੱਕਰ ਹੋ ਸਕਦੇ ਨੇ, ਪੈਣਾ ਹੀ ਪੈਣਾ ਜੀ। ਹਾਂਜੀ, ਅਤੇ ਇਹਦਾ ਆਪਣਾ ਬਾਈ ਬੁੱਲ ਦਾ ਵੇਟ ਕੀ ਹੈਗਾ, ਏਜ਼ ਕਿੰਨੀ ਹੋ ਚੁੱਕੀ ਹੈ? ਬੁੱਲ ਦਾ ਵੇਟ ਬਾਈ ਜੀ 8.5 ਕੁਇੰਟਲ ਦੇ ਨੇੜੇ ਤੇੜੇ ਆ। ਏਜ਼ ਤੋਂ ਦੇਖਿਆ ਜਾਵੇ ਤਾਂ ਇਹ ਹਜੇ 4 ਦੰਦ ਹੋਇਆ, 3.5 ਤੋਂ ਲੈ ਕੇ 4 ਸਾਲੇ ਦੀ ਏਜ ਹੋ ਗਈ। ਠੀਕ ਹੈ, ਹਾਂਜੀ। ਇੱਕ ਨਵਦੀਪ ਬਾਈ ਜੀ, ਮੈਂ ਨਾ ਕਾਫੀ ਵੀਡੀਓਜ਼ ਦੇਖੇ ਯੂਟਿਊਬ ਉੱਤੇ, ਆਇਰ ਸ਼ਾਇਰ ਜਿਹੜੀ ਗਾਂ ਗੀ ਉਹ ਆਪਣੇ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ, ਅਤੇ ਨੇੜੇ ਤੇੜੇ ਮੈਨੂੰ ਸਿਰਫ ਤੁਹਾਡਾ ਹੀ ਫਾਰਮ ਮਿਲਿਆ ਆਪਣੇ ਪੰਜਾਬ ਦੇ ਵਿੱਚ। ਇਹਦੇ ਬਾਰੇ ਥੋੜ੍ਹਾ ਚਾਨਣ ਪਾਓਗੇ ਕਿ ਕਿੱਥੋਂ ਦੀ ਬਰੀਡ ਆ ਇਹ, ਕਿਵੇਂ ਕਿਵੇਂ? ਸਭ ਤੋਂ ਪਹਿਲਾਂ ਤਾਂ ਇਹ ਸਕੋਟਲੈਂਡ ਦੀ ਬਰੀਡ ਹੈ, ਜਿਵੇਂ ਜਿਵੇਂ ਇਹ ਵਿਕਸਿਤ ਹੁੰਦੀ ਗਈ ਹੌਲੀ ਹੌਲੀ ਸਾਰੇ ਰਾਜਾਂ 'ਚ ਫੈਲਦੀ ਗਈ। ਜਿਹੜੀ ਆਪਣੇ ਕੋਲ ਬਰੀਡ ਫਾਰਮ ਉੱਤੇ ਤਿਆਰ ਕੀਤੀ ਹੈ ਇਹ ਆਪਣੇ ਕੋਲ ਫਰਾਂਸ ਵਾਲੀ ਹੈ। ਠੀਕ ਹੈ, ਤਾਂ ਜਿੱਥੇ ਆਇਰ ਸ਼ਹਿਰ ਬਰੀਡਰ ਦੀ ਗੱਲ ਚੱਲਦੀ ਹੈ ਉੱਥੇ ਸਾਡਾ ਨਾਮ ਸਿਖਰਾਂ 'ਤੇ ਹੁੰਦਾ ਵੀ ਆਇਰ ਸ਼ਹਿਰ ਬਰੀਡ ਦਾ ਫਾਰਮ ਜੇ ਇੰਡੀਆ ਦੇ ਵਿੱਚ ਕੋਈ ਹੈਗਾ ਤਾਂ ਉਹ ਆਪਣਾ ਹੀ ਹੈ। ਅੱਜ ਦੇ ਟਾਈਮ ਦੇ ਵਿੱਚ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਵਿਰਕ ਆਇਰ ਸ਼ਹਿਰ ਫਾਰਮ ਸ਼ੇਰਗੜ੍ਹ ਇਹ ਆਇਰ ਸ਼ਹਿਰ ਬਰੀਡ ਦਾ ਸਭ ਤੋਂ ਮੇਨ ਡਿਸਟ੍ਰੀਬਿਊਟਰ ਹੈ ਜੀ। ਅਤੇ ਇੱਕ ਨਵਦੀਪ ਬਾਈ ਜੀ, ਜੇ ਆਪਾਂ ਮੇਨ ਤੌਰ ਦੇ ਉੱਤੇ ਆਮ ਆਪਾਂ ਦੇਖਦੇ ਹਾਂ ਪਿੰਡਾਂ ਦੇ ਵਿੱਚ ਖੁੰਡਾਂ ਦੇ ਉੱਤੇ ਗੱਲਬਾਤ ਹੁੰਦੀ ਹੈ ਵੀ ਦੁੱਧ ਵਾਲੇ ਕੰਮ ਦੇ ਵਿੱਚ ਜਾਂ ਪਸ਼ੂ ਪਾਲਣ ਦੇ ਵਿੱਚ ਇੰਨਾ ਜਿਹੜਾ ਫਾਇਦਾ ਨਹੀਂ ਰਿਹਾ, ਉਹਨਾਂ ਵਾਸਤੇ ਤੁਸੀਂ ਕੋਈ ਸਲਾਹ ਦੇਣੀ ਚਾਹੋ ਆਪਣੇ ਫਾਰਮ ਦੁਆਰਾ? ਉਹਨਾਂ ਵਾਸਤੇ ਬਾਈ ਜੀ, ਨੌਜਵਾਨ ਵੀਰਾਂ ਨੂੰ ਮੇਰੀ ਇਹ ਪ੍ਰੇਰਿਤ ਹੈ, ਬੇਨਤੀ ਹੈ ਬਾਈ, ਕੰਮ ਕੋਈ ਮਾੜਾ ਨਹੀਂ, ਬੰਦਾ ਮਿਹਨਤੀ ਹੋਣਾ ਚਾਹੀਦਾ ਕਰਨ ਵਾਲਾ। ਜਿਹੜਾ ਬੰਦਾ ਸਹੀ ਤਰੀਕੇ ਨਾਲ ਅਤੇ ਲਗਨ ਨਾਲ ਕੰਮ ਕਰਦਾ ਉਹਨੂੰ ਉਹਦਾ ਫਲ ਜਿਹੜਾ ਅੱਛਾ ਹੀ ਮਿਲਦਾ। ਅਗਰ ਮੈਂ ਤਾਂ ਇੱਕੋ ਹੀ ਗੱਲ ਕਹਾਂਗਾ ਵੀ ਜਿਹੜੇ ਬੰਦੇ ਨੇ ਡੇਅਰੀ ਫਾਰਮਿੰਗ ਦਾ ਕੰਮ ਕਰਨਾ ਉਹ ਆਪ ਕਰੇ, ਪੂਰੀ ਉਹਨੂੰ ਦੇਖ ਰੇਖ ਕਰੇ, ਤਾਂ ਹੀ ਉਹ ਬੰਦਾ ਇਸ ਕੰਮ ਦੇ ਵਿੱਚ ਕਾਮਯਾਬ ਹੈ। ਜੇ ਉਹ ਕੰਮ ਸ਼ੁਰੂ ਕਰਕੇ ਬਾਅਦ ਦੇ ਵਿੱਚ ਜ਼ਿੰਮੇਵਾਰੀ ਨਾਲ ਨਹੀਂ ਨਿਭਾਉਣਾ ਤਾਂ ਉਹਦੇ ਨਾਲ ਚੰਗਾ ਕਿ ਉਹ ਬੰਦਾ ਕੰਮ ਹੀ ਨਾ ਕਰੇ। ਅਤੇ ਦੋਸਤੋ, ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਵੀਡੀਓ, ਇਹ ਆਪਣਾ ਕਮੈਂਟ ਤੁਸੀਂ ਜ਼ਰੂਰ ਦੇਣਾ, ਅਤੇ ਜੇਕਰ ਅਸੀਂ ਕੋਈ ਗੱਲ ਕਵਰ ਅਪ ਨਹੀਂ ਕਰ ਪਾਏ ਤਾਂ ਉਹ ਤੁਸੀਂ ਆਪਣੀ ਗੱਲ ਹੈਗੀ ਜਿਹੜੀ ਉਹ ਕਮੈਂਟਾਂ ਦੇ ਰਾਹੀਂ ਪੁੱਛ ਸਕਦੇ ਹੋਗੇ। ਬਾਕੀ ਬਾਈ ਦਾ ਨੰਬਰ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਹੋ। ਮਿਲਦੇ ਹਾਂ ਜਲਦੀ ਅਗਲੀ ਵੀਡੀਓ ਦੇ ਵਿੱਚ।